ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਪਿੰਡ ਗੁਰਬਖਸ਼ਪੁਰਾ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਪਿੰਡ ਦੇ ਵਿੱਚ ਗ੍ਰੀਨ ਦੀਵਾਲੀ ਮਨਾਉਣ ਸੰਬੰਧੀ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੇ ਵਿੱਚ ਦੋਵਾਂ ਸਕੂਲਾਂ ਦੇ ਸਮੂਹ ਸਟਾਫ ਅਤੇ ਬੱਚਿਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ। ਇਸ ਸਮੇਂ ਬੱਚਿਆਂ ਨੇ ਨਗਰ ਨਿਵਾਸੀਆਂ ਨੂੰ ਪਟਾਕੇ ਨਾ ਚਲਾਉਣ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਬੱਚਿਆਂ ਨੇ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਦਾ ਵਾਅਦਾ ਵੀ ਕੀਤਾ। ਇਸ ਰੈਲੀ ਦੇ ਦੌਰਾਨ ਪਿੰਡ ਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ। ਇਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਬਲਵੀਰ ਚੰਦ ਅਤੇ ਦੂਸਰੇ ਸਟਾਫ ਨੇ ਬੋਲਦਿਆਂ ਹੋਇਆਂ ਕਿਹਾ, ਅੱਜ ਦੀਵਾਲੀ ਦੇ ਸੰਬੰਧ ਵਿੱਚ ਪ੍ਰਾਇਮਰੀ ਵਿੰਗ ਅਤੇ ਮਿਡਲ ਵਿੰਗ ਦੇ ਸਮੂਹ ਵਿਦਿਆਰਥੀਆਂ ਨੇ ਪਿੰਡ ਦੇ ਵਿੱਚ ਰੈਲੀ ਕੀਤੀ। ਜਿਹੜੀ ਰੈਲੀ ਕੀਤੀ ਗਈ ਉਸਦੇ ਵਿੱਚ ਇੱਕ ਪਿੰਡ ਵਾਸੀਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਕਿ ਜਿਹੜੇ ਪਟਾਕੇ ਨੇ ਉਹ ਸਾਨੂੰ ਨਹੀਂ ਚਲਾਉਣੇ ਚਾਹੀਦੇ, ਜਿਸ ਨਾਲ ਜਿਹੜਾ ਪ੍ਰਦੂਸ਼ਣ ਆ ਉਹ ਵੱਧ ਰਿਹਾ। ਵੈਸੇ ਵੀ ਪ੍ਰਦੂਸ਼ਣ ਆ ਜਿਹੜਾ ਵਾਤਾਵਰਨ ਦੇ ਵਿੱਚ ਬਹੁਤ ਫੈਲ ਰਿਹਾ ਗਾ, ਇਹਦੇ ਵਿੱਚ ਸਹਿਯੋਗ ਦੇ ਲਈ ਸਾਨੂੰ ਪਟਾਕਿਆਂ ਦੇ ਰੂਪ ਦੇ ਵਿੱਚ ਵੀ ਮਿਲਦਾ ਗਾ, ਜਿਸ ਦੇ ਲਈ ਸਾਨੂੰ ਅਸੀਂ ਪਿੰਡ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹਵਾਂਗੇ ਕਿ ਜਿਹੜੇ ਪਟਾਕੇ ਨੇ ਉਹ ਨਹੀਂ ਚਲਾਉਣੇ ਚਾਹੀਦੇ। ਇਹਦੇ ਲਈ ਜਿਹੜੇ ਪਟਾਕਿਆਂ ਦੇ ਅਸੀਂ ਇੰਨਾ ਧਨ ਖਰਚ ਕਰਦੇ ਹਾਂ, ਉਹੀ ਧਨ ਆਪਣੇ ਬੱਚਿਆਂ ਦੇ ਸਹੀ ਸਦਉਪਯੋਗ ਦੇ ਲਈ ਵਰਤਿਆ ਜਾਵੇ, ਜਿਹਦੇ ਲਈ ਸਾਡਾ ਪਰਿਵਾਰ ਅਤੇ ਪਿੰਡ ਖੁਸ਼ਹਾਲ ਹੋਵੇਗਾ। ਅਤੇ ਇਸ ਦੇ ਲਈ ਵੱਧ ਤੋਂ ਵੱਧ ਜਿਹੜੇ ਰੁੱਖ ਨੇ ਉਹ ਵੀ ਸਾਨੂੰ ਲਗਾਉਣੇ ਚਾਹੀਦੇ ਨੇ, ਜਿਸ ਦੇ ਨਾਲ ਜਿਹੜਾ ਸਾਡਾ ਵਾਤਾਵਰਨ ਆ ਉਹਦਾ ਵਧੀਆ ਬਣੇਗਾ ਵਾਤਾਵਰਨ ਸਾਡਾ। ਇਹਦੇ ਲਈ ਸਾਨੂੰ ਸਮੂਹ ਵਾਸੀਆਂ ਨੂੰ ਇਹਦੇ ਲਈ ਯੋਗਦਾਨ ਪਾਉਣਾ ਚਾਹੀਦਾ। ਰੈਡੀ ਅੱਜ ਸਰਕਾਰੀ ਕੋਈ ਸਕੂਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਵੱਲੋਂ ਪਿੰਡ ਵਿੱਚ ਦੀਵਾਲੀ ਗ੍ਰੀਨ ਦੀਵਾਲੀ ਲਾਉਣ ਦੀ ਪਿੰਡ ਰੈਲੀ ਕੀਤੀ ਗਈ, ਜਿਹਦੇ ਨਾਲ ਬੱਚਿਆਂ ਨੇ ਲੋਕਾਂ ਨੂੰ ਅਧਿਆਪਕਾਂ ਨੇ ਉਸ ਦੇ ਦਿੱਤਾ ਕਿ ਆਪਾਂ ਨੂੰ ਗ੍ਰੀਨ ਦੀਵਾਲੀ ਲਾਉਣੀ ਚਾਹੀਦੀ ਆ ਤਾਂ ਕਿ ਜਿਹੜੇ ਪਟਾਕੇ ਦੇ ਲੋਕ ਆਪਣੀ ਵਰਤੀ ਤੋਂ ਬਚ ਸਕਣ ਅਤੇ ਆਪਣਾ ਵਾਤਾਵਰਨ ਬਚਾਉਣ ਲਈ ਆਪਣਾ ਅਹਿਮ ਰੋਲ ਪਾ ਸਕਣ। ਮੈਂ ਇਹੀ ਲੋਕਾਂ ਨੂੰ ਕਹਿ ਚੁੱਕਣਾ ਅਤੇ ਆ ਕੇ ਇਹ ਆਪਣੇ ਕਾਰੀਆਂ ਨੂੰ ਆਪਣਾ ਕੀਰਤੀ ਸ਼ਾਵਾਂ ਇਹਨਾਂ ਇਹ ਆਪਣਾ ਧੰਦਾ ਮੈਂ ਲੋਕਾਂ ਨੂੰ ਇਹੀ ਸਵੇਰ ਕਰਨਾ ਚਾਹੁੰਦਾ ਤਾਂ ਕਿ ਉਹ ਆਪਣਾ ਸ਼ੁਰੂ ਖਰਚਾ ਕਰਨ ਅਤੇ ਆਪਣਾ ਜੀਵਨ ਪੂਰਾ ਕਰ ਸਕਣ ਅਤੇ ਵਾਤਾਵਰਨ ਨੂੰ ਨਾ ਚਾਹੋ ਪਤਾ ਨਹੀਂ ਆਏ ਆਪਣੇ ਪ੍ਰਦੂਸ਼ਣ ਬਚਾ ਸਕਣ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਤਾਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸ਼ਪੁਰਾ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ। ਅੱਜ ਅਸੀਂ ਸਮੂਹ ਸਟਾਫ ਨੇ, ਦੋਵੇਂ ਸਕੂਲਾਂ ਨੇ ਰਲ ਕੇ ਪਿੰਡ ਦੇ ਵਿੱਚ ਇੱਕ ਰੈਲੀ ਕੀਤੀ ਹੈ ਕਿ ਜਿਹੜੀ ਦੀਵਾਲੀ ਹੈ ਇਹ ਅਸੀਂ ਗ੍ਰੀਨ ਦੀਵਾਲੀ ਮਨਾਉਣੀ ਹੈ, ਕਿਉਂਕਿ ਜਿਹੜੇ ਪਟਾਕੇ ਨੇ ਬੜੀ ਵੱਡੀ ਪੱਧਰ 'ਤੇ ਚਲਾਏ ਜਾਂਦੇ ਅਤੇ ਸਾਡਾ ਵਾਤਾਵਰਨ ਆ ਜਿਹੜਾ ਪ੍ਰਦੂਸ਼ਿਤ ਹੁੰਦਾ ਇਹਦੇ ਨਾਲ। ਸੋ ਸਾਨੂੰ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ, ਅਸੀਂ ਪੈਫਲੇਟ ਵੀ ਵੰਡੇ, ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਰੈਲੀ ਦੇ ਵਿੱਚ।
ਸੋ ਸਾਰਿਆਂ ਨੂੰ ਵੰਸ ਅਗੇਨ ਮੈਂ ਇਹੀ ਮੈਸੇਜ ਦਊਂਗਾ ਕਿ ਸਾਨੂੰ ਜਿਹੜੀ ਦੀਵਾਲੀ ਹੈ ਇਹ ਗ੍ਰੀਨ ਦੀਵਾਲੀ ਆਪਾਂ ਮਨਾਉਣੀ ਹੈ, ਪਟਾਕੇ ਨੇ ਜਿਹੜੇ ਉਹ ਬਿਲਕੁਲ ਨਹੀਂ ਚਲਾਉਣੇ। ਸੋ ਸਾਰਿਆਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਦੁਬਾਰਾ ਫਿਰ ਧੰਨਵਾਦ। ਇਸ ਸਮੇਂ ਲਾਈਫ ਰੰਗ ਮੀਡੀਆ ਤੋਂ ਸਾਡੇ ਦਰਮਿਆਨ ਤੇਜੀ ਸਜੂਮਾ ਜੀ ਆਪਣੀ ਰਿਪੋਰਟ ਦੇ ਲਈ ਪਹੁੰਚੇ ਸੀ ਪ੍ਰੈਸ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਸ ਤੋਂ ਇਲਾਵਾ ਬੱਚਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਰਸਪੁਰਾ ਵਿਖੇ ਪੰਜਵੀਂ ਕਲਾਸ ਦਾ ਵਿਦਿਆਰਥੀ ਹਾਂ ਮੈਂ। ਅੱਜ ਸਾਡੇ ਸਕੂਲ ਵਿੱਚ ਰੈਲੀ ਕੱਢੀ ਗਈ ਹੈ ਪਟਾਕਿਆਂ ਦੇ ਵਿਰੋਧ। ਮੈਂ ਵਾਅਦਾ ਕਰਦਾ ਕਿ ਮੈਂ ਪਟਾਕੇ ਨਹੀਂ ਚਲਾਵਾਂਗਾ। ਮੈਂ ਜਵਨਪ੍ਰੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਰਵਾਕਸਪੁਰਾ, ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਹਾਂ। ਪਟਾਕੇ ਚਲਾ ਸਾਡਾ ਵਾਤਾਵਰਨ ਖਰਾਬ ਹੁੰਦਾ, ਮੈਂ ਇਹੀ ਸੁਨੇਹਾ ਦਿੰਦੀ ਹਾਂ ਕਿ ਸਾਨੂੰ ਪਟਾਕੇ ਨਹੀਂ ਚਲਾਉਣੇ। ਮੇਰਾ ਨਾਮ ਕਾਰਦੀਪ ਸਿੰਘ, ਜਮਾਤ ਪੰਜਵੀਂ, ਸਰਕਾਰੀ ਪ੍ਰਾਇਮਰੀ ਸਕੂਲ ਰਵਾਕਸਪੁਰਾ। ਮੈਂ ਜਿਸ ਪਟਾਕੇ ਚਲਾਉਣ ਨਾਲ ਜਿਹੜੇ ਪੰਛੀ ਛੋਟੇ ਨੇ ਉਹ ਮਰ ਜਾਂਦੇ ਨੇ, ਸਾਨੂੰ ਪਟਾਕੇ ਨਹੀਂ ਚਲਾਉਣੇ ਚਾਹੀਦੇ। ਮੇਰਾ ਨਾਮ ਸਰਦੀਪ ਸਿੰਘ ਹੈ, ਮੈਂ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰਾ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸ਼ਪੁਰਾ ਹੈ। ਅੱਜ ਸਾਡੇ ਸਕੂਲ ਦੇ ਅਧਿਆਪਕਾਂ ਨੇ ਰੈਲੀ ਅਤੇ ਅਸੀਂ ਸਾਰੇ ਬੱਚਿਆਂ ਨੇ ਵੀ ਰੈਲੀ ਕੱਢੀ। ਅਸੀਂ ਆਪਣੇ ਪਿੰਡ ਵਿੱਚ ਇਹ ਸੰਦੇਹਾ ਦੇ ਕੇ ਆਏ ਹਾਂ ਕਿ ਸਾਨੂੰ ਪਟਾਕੇ ਨਹੀਂ ਚਲਾਉਣੇ ਚਾਹੀਦੇ ਵਾਤਾਵਰਨ ਵਿੱਚ। ਮੈਂ ਆਕਾਸ਼ਦੀਪ ਸਿੰਘ, ਚੌਥੀ ਕਲਾਸ ਦਾ ਵਿਦਿਆਰਥੀ ਹਾਂ, ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਹਾਂ। ਮੈਂ ਇਹ ਵਾਅਦਾ ਕਰਦਾ ਹਾਂ ਮੈਂ ਪਟਾਕੇ ਬਿਲਕੁਲ ਨਹੀਂ ਚਲਾਵਾਂਗਾ।